ਹੈ, ਤੁਸੀਂ ਦੇਖ ਰਹੇ ਹੋਗੇ MTR ਦਾ ਨਿਸ਼ਾਨ। ਜੇ ਤੁਸੀਂ ਉਹ ਬਿਲਕੁਲ ਸਿੱਧਾ ਤੁਸੀਂ ਦੇਖ ਰਹੇ ਹੋਗੇ, ਉੱਥੇ ਹੈਗਾ MTR ਦਾ ਸਟੇਸ਼ਨ ਚੁੰਗਸ਼ਾਵਾਂਗ ਐਗਜ਼ਿਟ C1। ਜੇ ਉੱਥੋਂ ਦੀ ਬਿਲਕੁਲ ਤੁਸੀਂ ਸਿੱਧਾ ਆਉਂਦੇ ਹੋ ਤਾਂ ਇਹ ਤੁਹਾਨੂੰ ਦਿਖੇਗਾ ਨਿਸ਼ਾਨ MTR ਦਾ। ਅਤੇ ਨਾਲ ਹੀ ਤੁਸੀਂ ਇਹ ਚੁੰਗਸ਼ਾਵਾਂਗ ਦੀ ਰੋਡ ਹੈਗੀ ਹੈ, ਇਹਦਾ ਨਾਮ ਹੈਗਾ ਪੋ ਓਨ ਰੋਡ, ਚੁੰਗਸ਼ਾਵਾਂਗ ਪੋ ਓਨ ਰੋਡ। ਜੇ ਤੁਸੀਂ ਗੂਗਲ 'ਤੇ ਵੀ ਸਰਚ ਮਾਰੋਗੇ ਤਾਂ ਪਹੁੰਚ ਜਾਓਗੇ। ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਬੋਰਡ ਲੱਗਿਆ ਹੋਇਆ ਪੋ ਓਨ ਰੋਡ ਦਾ, ਅਤੇ ਬਿਲਕੁਲ ਨਾਲ ਹੀ ਇਹਦੇ ਗਾਰਡਨ ਹੈ। ਥੋੜ੍ਹਾ ਜਿਹਾ ਤੁਰਨ ਤੋਂ ਬਾਅਦ ਇਹ ਗਾਰਡਨ ਸਟਾਰਟ ਹੋ ਜਾਏਗਾ। ਅਤੇ ਇਹ ਤੁਸੀਂ ਦੇਖ ਰਹੇ ਹੋਗੇ ਰੋਡ, ਇਹ ਰੋਡ ਬਿਲਕੁਲ ਸਾਹਮਣੇ ਟਰਨ ਕਰਦੇ ਹੀ ਸ਼ਮਸ਼ੀਪੁਰ ਨਿਕਲ ਜਾਂਦੀ ਹੈ, ਅਤੇ ਸਾਰੀ ਪੋ ਓਨ ਰੋਡ ਹੈ। ਅਤੇ ਤੁਸੀਂ ਦੇਖੋਗੇ ਆ ਗਿਆ ਆਪਣਾ ਪਾਰਕ ਗਾਰਡਨ, ਅਤੇ ਬਹੁਤ ਸੋਹਣਾ ਗਾਰਡਨ ਹੈ ਇਹ ਤੁਸੀਂ ਦੇਖ ਰਹੇ ਹੋਗੇ। ਖਤਮ ਦਿਖਾਉਂਦੇ ਹਾਂ, ਇਹ ਬਿਲਕੁਲ ਅੰਦਰ ਐਂਟਰ ਕਰਦੇ ਹੀ ਇਹ ਦੇਖੋ ਬਹੁਤ ਸੋਹਣਾ ਪਾਰਕ ਹੈ। ਪਿੱਛੇ ਤੁਸੀਂ ਵਿਊ ਦੇਖ ਰਹੇ ਹੋਗੇ ਬਿਲਡਿੰਗਾਂ ਦਾ, ਬਹੁਤ ਸੋਹਣਾ ਪਾਰਕ ਹੈ। ਇਹ ਮੈਪ ਦਿੱਤਾ ਹੋਇਆ ਪੂਰੇ ਪਾਰਕ ਦਾ, ਇਹ ਸਾਰਾ ਮੈਪ ਅੱਜ ਵਿਊ ਦਿਖਾਉਣ ਲੱਗੇ ਹਾਂ ਪਾਰਕ ਦੇ ਵਿੱਚ। ਇਹ ਦੇਖੋ ਬਹੁਤ ਸੋਹਣਾ ਪਾਰਕ ਹੈ, ਅੱਜ ਤਾਂ ਧੁੱਪ ਵੀ ਬਹੁਤ ਜ਼ਿਆਦਾ ਹੈ, ਗਰਮੀ। ਇਹ ਦੇਖੋ ਬਹੁਤ ਸੋਹਣੀ ਜਗ੍ਹਾ ਬਣਾਈ ਹੈ ਪੱਥਰਾਂ ਦੀ, ਇਹ ਦੇਖੋ ਇਹ ਪੱਥਰਾਂ ਦੀ ਬਹੁਤ ਸੋਹਣੀ ਜਗ੍ਹਾ ਬਣਾਈ ਹੈ, ਅਤੇ ਕਾਰਾਗਰੀ ਦੇਖੋ ਤੁਸੀਂ ਹੋਂਗਕੋਂਗ ਦੀ, ਬਹੁਤ ਸੋਹਣੇ ਇਹ ਦੇਖੋ ਜਿਵੇਂ ਗੁਫਾ ਟਾਈਪ ਹੋ ਗਿਆ। ਇਹ ਦੇਖੋ ਬਹੁਤ ਸੋਹਣਾ ਵਿਊ ਬਣਾਇਆ, ਬਹੁਤ ਜ਼ਿਆਦਾ ਇੱਥੇ ਲੋਕ ਆਪਣਾ ਇੰਜੋਏ ਕਰਨ ਆਉਂਦੇ ਨੇ। ਤੁਸੀਂ ਸਾਰੇ ਆਪਣੇ ਫੈਮਿਲੀ ਮੈਂਬਰ ਨਾਲ ਯਾਰਾਂ ਦੋਸਤਾਂ ਨਾਲ ਆ ਸਕਦੇ ਹੋ ਇੱਥੇ। ਇਹ ਦੇਖੋ ਅਤੇ ਬੈਠਣ ਦੀ ਗੈਲਰੀ ਹੈਗੀ ਹੈ, ਦੇਖੋ ਇੱਥੇ ਤੁਸੀਂ ਬਹਿ ਸਕਦੇ ਹੋ, ਛਾਂ ਹੈਗੀ ਹੈ। ਅਤੇ ਤੁਹਾਨੂੰ ਦਿਖਾਉਂਦੇ ਹਾਂ ਇੱਕ ਹੋਰ ਵਿਊ ਦਿਖਾਉਂਦੇ ਹਾਂ ਬਹੁਤ ਸੋਹਣਾ, ਇਹ ਤੁਸੀਂ ਦੇਖ ਰਹੇ ਹੋਵੋਗੇ ਦੋ ਦੋ ਤਿੰਨ ਤਿੰਨ ਝਰਨੇ ਲਗਾਏ ਹੋਏ ਨੇ। ਇਹ ਦੇਖੋ ਛੋਟੇ ਛੋਟੇ ਇਹਦੇ 'ਚ ਮੱਛੀਆਂ ਵੀ ਹੈਗੀਆਂ ਨੇ। ਇਹ ਦੇਖੋ ਇਹ ਦੇਖੋ ਇਹ ਪੁਰਾਣੇ ਜ਼ਮਾਨੇ ਦੇ, ਜਿਵੇਂ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਦੇ ਵਿੱਚ ਛੱਤਾਂ ਬਣੀਆਂ ਹੁੰਦੀਆਂ ਸੀਗੀਆਂ। ਮਤਲਬ ਕਲਾਕਾਰੀ ਬਹੁਤ, ਹੋਂਗਕੋਂਗ ਦੇ ਵਿੱਚ ਕਲਾਕਾਰੀ ਬਹੁਤ ਹੈ ਪਾਰਕਾਂ ਦੇ ਵਿੱਚ, ਇਹਨਾਂ ਨੇ ਕਲਾਕਾਰੀ ਬਹੁਤ ਦਿਖਾਈ ਹੋਈ ਹੈ ਪਾਰਕਾਂ ਦੇ ਵਿੱਚ। ਇਹ ਦੇਖੋ ਬਹੁਤ ਸੋਹਣੇ ਸੋਹਣੇ ਦ੍ਰਿਸ਼ ਹੈਗੇ ਨੇ ਇੱਥੇ। ਇਹ ਦੇਖੋ ਇੱਕ ਹੋਰ ਗੁਫਾ ਆ ਗਈ, ਇਹ ਦੇਖੋ ਇਹ ਸਾਰਾ ਹੱਥ ਦੇ ਨਾਲ ਬਣਿਆ, ਪਤਾ ਨਹੀਂ ਮਸ਼ੀਨ ਦੇ ਨਾਲ ਬਣਿਆ, ਪਰ ਬਹੁਤ ਸੋਹਣੀ ਕਲਾਕਾਰੀ ਕੀਤੀ ਹੋਈ ਹੈ। ਇਹ ਦੇਖੋ ਬਾਕੀ ਤੁਸੀਂ ਇੱਥੇ ਖਾ ਪੀ ਸਕਦੇ ਹੋ ਬਹਿ ਕੇ, ਬੱਚਿਆਂ ਨਾਲ ਪਰਿਵਾਰ ਮੈਂਬਰ ਨਾਲ ਕਿਸੇ ਨਾਲ ਵੀ ਤੁਸੀਂ ਆ ਕੇ ਇੱਥੇ ਆਨੰਦ ਲੈ ਸਕਦੇ ਹੋ। ਤੁਹਾਨੂੰ ਵਿਊ ਦਿਖਾਉਂਦੇ ਹਾਂ, ਇਹ ਦੇਖੋ ਜੀ ਇੱਕ ਹੋਰ ਵਿਊ, ਬਹੁਤ ਵੱਡਾ ਪਾਰਕ ਹੈ ਇਹ ਵੀ। ਇਹ ਦੇਖੋ ਇਹ ਸਟੈਪ ਆ ਗਏ ਨੇ, ਤੁਸੀਂ ਇਹ ਦੇਖੋ ਪੱਥਰਾਂ ਨਾਲ ਕੀ ਕਲਾਕ੍ਰਿਤੀ ਕੀਤੀ ਹੈ ਇਹਨਾਂ ਨੇ।
ਬਹੁਤ ਸੋਹਣਾ ਬਣਾਇਆ ਹੋਇਆ। ਦੇਖੋ ਗਾਰਡਨ ਨੂੰ ਬਹੁਤ ਸੋਹਣਾ ਬਣਾਇਆ। ਅਤੇ ਅਸੀਂ ਉੱਪਰ ਜਾ ਰਹੇ ਹਾਂ। ਇੱਕ ਇਹ ਚੀਜ਼ ਬਣਾਈ ਹੈ ਦੇਖੋ, ਇਹ ਬੈਠਣ ਲਈ। ਇੱਕ ਬਿਲਕੁਲ ਹੀ ਹੁਣ ਅਸੀਂ ਥੱਲੇ ਉਤਰ ਰਹੇ ਹਾਂ। ਬਹੁਤ ਸੋਹਣਾ ਵਿਊ ਹੈ, ਖਾਸ ਕਰਕੇ ਬੱਚਿਆਂ ਲਈ ਤਾਂ ਬਹੁਤ ਸੋਹਣਾ, ਮਤਲਬ ਬਹੁਤ ਸੋਹਣੀ ਜਗ੍ਹਾ ਹੈ ਬੱਚਿਆਂ ਲਈ। ਸ਼ਾਮ ਦੇ ਟਾਈਮ ਬਹੁਤ ਹੀ ਸੋਹਣਾ ਦ੍ਰਿਸ਼ ਆਉਂਦਾ ਨਾ ਇਹਦੇ 'ਤੇ। ਸ਼ਾਮ ਦੇ ਟਾਈਮ ਬਹੁਤ ਸੋਹਣੀ ਮਤਲਬ ਜਗ੍ਹਾ ਲੱਗਦੀ ਹੈ। ਹੁਣ ਤਾਂ ਬਹੁਤ ਗਰਮੀ ਹੈ ਨਾ, ਅਤੇ ਗਰਮੀ ਕਰਕੇ ਹਜੇ ਵੀ ਲੋਕ ਆਏ ਹੋਏ ਨੇ ਇੱਥੇ, ਕੁਝ ਲੋਕ ਬੈਠੇ ਹੋਏ ਨੇ। ਇਹ ਦੇਖੋ ਬਹੁਤ ਸੋਹਣਾ ਪਾਰਕ ਹੈ। ਇੱਕ ਇਹ ਸਟੈਚੂ ਬਣਾਇਆ ਇਹਨਾਂ ਨੇ ਪੱਥਰ ਨੂੰ ਕੱਟ ਕੇ। ਇਹ ਦੇਖੋ ਪੱਥਰ ਨੂੰ ਕੱਟ ਕੇ ਬਹੁਤ ਸੋਹਣਾ ਪੱਥਰ, ਮਤਲਬ ਬਹੁਤ ਸੋਹਣੀ ਚੀਜ਼ ਬਣਾਈ ਹੈ ਇਹਨਾਂ ਨੇ ਪੱਥਰ ਨੂੰ ਕੱਟ ਕੇ। ਇਹ ਸਾਰਾ ਗਾਰਡਨ ਹੈ ਦੇਖੋ, ਹਰਿਆਲੀ ਹਰਿਆਲੀ। ਬਾਕੀ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਂਦੇ ਹਾਂ ਇਹਦੇ ਵਿੱਚ, ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਪੁਰਾਣੀਆਂ ਕਲਾਕ੍ਰਿਤੀਆਂ ਹੁੰਦੀਆਂ ਸੀਗੀਆਂ, ਉਹ ਤੁਹਾਨੂੰ ਚੀਜ਼ ਦਿਖਾਉਣ ਲੱਗਿਆ। ਇਹ ਦੇਖੋ ਦੀਵਾਰ ਦੇ ਉੱਪਰ ਪੁਰਾਣੇ ਜ਼ਮਾਨੇ ਦੇ ਵਿੱਚ ਜਿਸ ਤਰ੍ਹਾਂ ਲੋਕ ਕੱਪੜੇ ਪਾਉਂਦੇ ਸੀ ਜਾਂ ਕੁਛ। ਇਹ ਦੇਖੋ ਤੁਹਾਨੂੰ ਅੱਗੇ ਵੀ ਹੋਰ ਕੁਛ ਦਿਖਾਉਂਦੇ ਹਾਂ, ਤੁਹਾਨੂੰ ਹੋਰ ਵੀ ਵਿਊ ਦਿਖਾਉਂਦੇ ਹਾਂ ਤੁਹਾਨੂੰ। ਤੁਹਾਨੂੰ ਪਹਿਲਾਂ ਵੀ ਵਿਊ ਦਿਖਾਇਆ ਮੈਨੇ, ਹੁਣ ਇਹ ਬੈਕ ਸਾਈਡ ਹੈਗੀ ਹੈ ਇਹਦੀ, ਬੈਕ ਸਾਈਡ ਦਾ ਵਿਊ ਹੈ। ਇਹ ਦੇਖੋ ਇੱਕ ਹੋਰ ਗੁਫਾ ਆ ਗਈ ਹੈ, ਬਹੁਤ ਸੋਹਣਾ ਪਾਰਕ ਹੈ ਜੀ। ਸੈਚਰਡੇ ਸੰਡੇ ਤਾਂ ਹੋਲੀਡੇ ਵਾਲੇ ਦਿਨ ਤਾਂ ਬਹੁਤ ਜ਼ਿਆਦਾ ਰਸ਼ ਹੁੰਦਾ ਨਾ ਇੱਥੇ। ਇਹ ਦੇਖੋ ਇਹ ਜਿਵੇਂ ਡਰੈਗਨ ਬੋਰਡ ਬਣਾਈ ਹੋਈ ਹੈ, ਇਹਦੇ ਵਿੱਚ ਬੈਠਣ ਦਾ ਵੀ ਹੈ ਦੇਖੋ, ਗਮਲੇ ਵਗੈਰਾ ਲਗਾਏ ਹੋਏ ਨੇ, ਬੈਠਣ ਦਾ ਵੀ ਸਿਸਟਮ ਹੈ, ਬੰਦਾ ਇੱਥੇ ਆਰਾਮ ਵੀ ਕਰ ਸਕਦਾ। ਇੱਕ ਇਹ ਦੇਖੋ ਇਹ ਨਵੀਂ ਚੀਜ਼ ਤੁਹਾਨੂੰ ਦਿਖਾਉਣ ਲੱਗਿਆ, ਅੰਦਰ ਬਹੁਤ ਸੋਹਣਾ ਇੱਕ ਹੋਰ ਗਾਰਡਨ ਵੀ ਹੈਗਾ, ਬਹੁਤ ਪਿਆਰਾ ਗਾਰਡਨ ਹੈ। ਇਹ ਦੇਖੋ ਤੁਸੀਂ, ਇਹ ਤੁਸੀਂ ਦੇਖ ਰਹੇ ਹੋਵੋਗੇ ਹਰਿਆਲੀ ਹਰਿਆਲੀ। ਅਸੀਂ ਪਾਰਕ ਦੇ ਵਿੱਚ ਐਂਟਰ ਹੋ ਗਏ ਹਾਂ ਨਾ। ਇਹ ਦੇਖੋ ਬੋਰਡ ਦੇ ਉੱਪਰ, ਨਾ ਤੁਸੀਂ ਲੈ ਕੇ ਜਾ ਸਕਦੇ ਹੋ ਡੋਗ, ਅਤੇ ਨਾ ਚਿੜੀਆਂ ਨੂੰ ਤੁਸੀਂ ਕੁਝ ਪਾ ਸਕਦੇ ਹੋ, ਅਤੇ ਨਾ ਚ ਤਾਸ਼ ਖੇਡ ਸਕਦੇ ਹੋ, ਮਤਲਬ ਕੋਈ ਵੀ ਗੈਂਬਲਿੰਗ, ਅਤੇ ਨਾ ਤੁਸੀਂ ਇੱਥੇ ਕੋਈ ਸਪੀਕਰ ਵਗੈਰਾ ਲਗਾ ਸਕਦੇ ਹੋ। ਲਗਾ ਸਕਦੇ ਹੋ ਤਾਂ ਪਰ ਥੋੜ੍ਹੀ ਆਵਾਜ਼ ਦੇ ਵਿੱਚ। ਇਹ ਦੇਖੋ ਬਹੁਤ ਸੋਹਣਾ ਪਾਰਕ ਹੈ। ਇਹ ਦੇਖੋ ਲੋਕ ਬੈਠੇ ਨੇ, ਆਨੰਦ ਲੈ ਰਹੇ ਨੇ। ਇਹ ਦੇਖੋ ਪੰਛੀ ਵੀ ਇੱਥੇ ਬਹੁਤ ਹੈਗੇ ਨੇ, ਕਬੂਤਰ ਵਗੈਰਾ, ਬੈਠਣ ਲਈ ਬਹੁਤ ਸਾਰੀ ਜਗ੍ਹਾ ਹੈਗੀ ਹੈ ਇੱਥੇ। ਇਹ ਤੁਹਾਨੂੰ ਪੰਛੀ ਦਿਖਾਉਂਦੇ ਹਾਂ, ਇਹ ਦੇਖੋ ਕਬੂਤਰ ਵਗੈਰਾ। 5,000 ਫਾਈਨ ਹੈਗਾ ਇਹਦਾ, ਜੇ ਤੁਸੀਂ ਕਬੂਤਰਾਂ ਨੂੰ ਫੜਦੇ ਹੋ ਜਾਂ ਕੁਛ ਵੀ ਕਰਦੇ ਹੋ। ਬਾਕੀ ਬਹੁਤ ਸੋਹਣੀ ਜਗ੍ਹਾ ਹੈ। ਇਹ ਅਸੀਂ ਜਾ ਰਹੇ ਹਾਂ ਦੁਬਾਰਾ ਵਾਪਸ ਪਹਿਲੇ ਵਾਲੇ ਗਾਰਡਨ ਦੇ ਵਿੱਚ। ਇਹ ਤੁਸੀਂ ਦੇਖ ਰਹੇ ਹੋਗੇ ਪਾਰਕ, ਬਹੁਤ ਜ਼ਿਆਦਾ ਸਫਾਈ ਹੈ। ਹੋਂਗਕੋਂਗ ਦੇ ਜਿਹੜੇ ਮਰਜ਼ੀ ਤੁਸੀਂ ਕੋਨੇ ਦੇ ਵਿੱਚ, ਜਿਹੜੇ ਮਰਜ਼ੀ ਪਾਰਕ ਦੇ ਵਿੱਚ ਤੁਸੀਂ ਚਲੇ ਜਾਓ, ਅਤੇ ਬਹੁਤ ਜ਼ਿਆਦਾ ਸਫਾਈ ਹੈ। ਸਫਾਈ ਨੂੰ ਤਾਂ ਇਹਨਾਂ ਨੇ ਮੇਨਟੇਨ ਕੀਤਾ ਹੋਇਆ। ਇੱਕ ਹੋਰ ਚੀਜ਼ ਹੈ ਕਿ ਉੱਥੇ ਵੀ ਛੋਟੇ ਛੋਟੇ ਜਿਹੇ ਬਣੇ ਹੋਏ ਨੇ ਬੈਠਣ ਨੂੰ। ਇਹ ਦੇਖੋ ਮਤਲਬ ਲੋਕ ਆ ਕੇ ਇੱਥੇ ਇੰਜੋਏ ਕਰਦੇ ਨੇ। ਬਹੁਤ ਸੋਹਣਾ ਪਾਰਕ ਹੈ ਦੇਖੋ।
ਤੁਸੀਂ ਦੇਖ ਰਹੇ ਹੋਗੇ। ਮਤਲਬ ਹੋਂਗਕੋਂਗ ਦੇ ਵਿੱਚ ਕਲਾਕ੍ਰਿਤੀ ਬਹੁਤ ਹੈ। ਬਾਕੀ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਇਸ ਤੋਂ ਵੀ ਸੋਹਣੀ ਜਗ੍ਹਾ ਦਿਖਾਵਾਂਗੇ। ਸਾਡੇ ਚੈਨਲ ਸੱਚ ਦੇ ਰੰਗ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ।